ਬਾਅਦ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਨੇ। ਹਾਲਾਂਕਿ ਪੰਜਾਬ ਰਾਜ ਰੈਗੂਲੇਟਰੀ ਅਥਾਰਟੀ ਦੇ ਵੱਲੋਂ ਇਹ ਰੇਟ ਵਧਾਏ ਗਏ ਨੇ। ਦੱਸ ਦਈਏ ਕਿ 10 ਤੋਂ 12 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ। ਹਾਲਾਂਕਿ 300 ਯੂਨਿਟਾਂ ਮੁਫਤ ਵਾਲੀ ਸਕੀਮ ਜਿਹੜੀ ਆ, ਸਹੂਲਤ ਜਿਹੜੀ ਆ, ਉਹ ਜਾਰੀ ਰਹੇਗੀ। ਤਾਂ ਦੱਸ ਦਈਏ ਕਿ ਬਿਜਲੀ ਦੇ ਰੇਟ ਵਧਾਏ ਗਏ ਨੇ, ਤੁਹਾਡੇ 'ਤੇ ਇਸ ਦਾ ਕੀ ਅਸਰ ਹੋਏਗਾ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ। ਪਹਿਲੇ 7 ਕਿਲੋਵਾਟ ਤੱਕ ਬਿਜਲੀ ਦੇ ਰੇਟ ਵਧਾਏ ਗਏ ਨੇ। 7 ਕਿਲੋਵਾਟ ਤੋਂ ਲੈ ਕੇ 100 ਕਿਲੋਵਾਟ ਵਾਲੇ ਲੋਕਾਂ 'ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ। ਦੱਸ ਦਈਏ ਕਿ ਇਸ ਤੋਂ ਬਿਨਾਂ ਇੰਡਸਟਰੀ ਲਈ ਵੀ ਬਿਜਲੀ ਦੀਆਂ ਦਰਾਂ 'ਚ 15 ਪੈਸੇ ਦਾ ਵਾਧਾ ਕੀਤਾ ਗਿਆ ਅਤੇ ਟਿਊਬਵੈੱਲ ਕਨੈਕਸ਼ਨ ਦੀਆਂ ਦਰਾਂ 'ਚ ਵੀ 15 ਪੈਸੇ ਦਾ ਹੀ ਵਾਧਾ ਕੀਤਾ ਗਿਆ ਹੈ। 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਅਤੇ ਨਵੀਆਂ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ ਅਤੇ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ। 7 ਕਿਲੋਵਾਟ ਘਰੇਲੂ ਬਿਜਲੀ ਦੇ ਤੱਕ ਦੇ ਰੇਟ ਜਿਹੜੇ ਨੇ ਉਹ ਵਧਾਏ ਗਏ ਨੇ। ਜੇਕਰ ਗੱਲ ਕੀਤੀ ਜਾਵੇ 2 ਕਿਲੋਵਾਟ ਤੱਕ ਦੇ ਲੋਡ ਦੀ, ਤਾਂ 0 ਤੋਂ 100 ਯੂਨਿਟ ਦਾ ਰੇਟ ਪਹਿਲਾਂ 4 ਰੁਪਏ 19 ਪੈਸੇ ਸੀ, ਜਿਸ ਨੂੰ ਵਧਾ ਕੇ 4 ਰੁਪਏ 29 ਪੈਸੇ ਕਰ ਦਿੱਤਾ ਗਿਆ। ਦੁਬਾਰਾ ਦੱਸ ਦਿੰਦੇ ਹਾਂ, 2 ਕਿਲੋਵਾਟ ਤੱਕ ਦੇ ਲੋਡ ਵਾਲਿਆਂ ਨੂੰ ਜਿਹੜੀਆਂ ਪਹਿਲੀਆਂ 100 ਯੂਨਿਟਾਂ ਨੇ, ਪਹਿਲਾਂ 4 ਰੁਪਏ 19 ਪੈਸੇ ਮਿਲਦੀਆਂ ਸੀ, ਜਿਸ ਨੂੰ ਵਧਾ ਕੇ 4 ਰੁਪਏ 29 ਪੈਸੇ ਕਰ ਦਿੱਤਾ ਗਿਆ, ਜਾਣੀ ਕਿ 10 ਪੈਸੇ ਦਾ ਵਾਧਾ ਕੀਤਾ ਗਿਆ। 2 ਕਿਲੋਵਾਟ ਤੱਕ ਦੇ ਲੋਡ ਲਈ ਹੀ ਜਿਹੜੀਆਂ 101 ਤੋਂ 300 ਯੂਨਿਟਾਂ ਸੀਗੀਆਂ, ਉਹਨਾਂ ਦਾ ਰੇਟ 6 ਰੁਪਏ 64 ਪੈਸੇ ਸੀ, ਜਿਸ ਨੂੰ ਵਧਾ ਕੇ 6 ਰੁਪਏ 76 ਪੈਸੇ ਕਰ ਦਿੱਤਾ ਗਿਆ ਹੈ, ਜੋ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਹੈ। ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਤੱਕ ਦੇ ਲੋਡ ਲਈ ਹੀ ਜਿਹੜੀਆਂ 0 ਤੋਂ 100 ਯੂਨਿਟਾਂ ਨੇ, ਉਹ 4 ਰੁਪਏ 44 ਪੈਸੇ ਤੋਂ ਵਧਾ ਕੇ 4 ਰੁਪਏ 54 ਪੈਸੇ ਕਰ ਦਿੱਤੀਆਂ ਗਈਆਂ ਨੇ। 2 ਤੋਂ 7 ਕਿਲੋਵਾਟ ਤੱਕ ਦੇ ਲੋਡ ਲਈ 101 ਤੋਂ 300 ਯੂਨਿਟਾਂ ਦਾ ਰੇਟ 6 ਰੁਪਏ 64 ਪੈਸੇ ਤੋਂ ਵਧਾ ਕੇ 6 ਰੁਪਏ 76 ਪੈਸੇ ਕਰ ਦਿੱਤਾ ਗਿਆ। ਹਾਲਾਂਕਿ 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇੰਡਸਟਰੀ ਲਈ ਅਤੇ ਟਿਊਬਵੈੱਲ ਕਨੈਕਸ਼ਨਾਂ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ। ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਝਟਕਾ ਲੱਗਿਆ ਹੈ ਪੰਜਾਬ ਦੇ ਲੋਕਾਂ ਨੂੰ। ਹਾਲਾਂਕਿ ਪੰਜਾਬ ਰਾਜ ਰੈਗੂਲੇਟਰੀ ਅਥਾਰਟੀ ਦੇ ਵੱਲੋਂ ਬਿਜਲੀ ਦੀਆਂ ਦਰਾਂ 'ਚ ਵਾਧਾ ਕੀਤਾ ਗਿਆ ਹੈ। 7 ਕਿਲੋਵਾਟ ਤੱਕ ਦੇ ਖਪਤਕਾਰਾਂ 'ਤੇ ਇਸਦਾ ਅਸਰ ਪਏਗਾ। ਘਰੇਲੂ ਬਿਜਲੀ 10 ਤੋਂ 12 ਪੈਸੇ ਪ੍ਰਤੀ ਯੂਨਿਟ ਵਧਾ ਦਿੱਤੀ ਗਈ ਹੈ। 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇੰਡਸਟਰੀ ਦੀਆਂ ਬਿਜਲੀ ਦਰਾਂ ਵੀ 15 ਪੈਸੇ ਦਾ ਵਾਧਾ ਕੀਤਾ ਗਿਆ ਪ੍ਰਤੀ ਯੂਨਿਟ। ਟਿਊਬਵੈੱਲ ਕਨੈਕਸ਼ਨ ਦੀਆਂ ਦਰਾਂ 'ਚ ਵੀ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ। ਹਾਲਾਂਕਿ ਪਹਿਲਾਂ ਵਾਂਗ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਹੈ ਉਹ ਜਾਰੀ ਰਹੇਗੀ। ਤਾਂ ਤੁਹਾਡੇ 'ਤੇ ਵੀ ਇਸ ਦਾ ਅਸਰ ਪਵੇਗਾ। ਦੱਸ ਦਈਏ ਕਿ ਜਿਹੜੀਆਂ ਯੂਨਿਟਾਂ ਨੇ ਉਹਨਾਂ ਦਾ ਪ੍ਰਤੀ ਯੂਨਿਟ ਰੇਟ ਹੈ ਜਿਹੜਾ ਉਹ 10 ਤੋਂ 12 ਪੈਸੇ ਪ੍ਰਤੀ ਯੂਨਿਟ ਵਧਾਇਆ ਗਿਆ ਅਤੇ ਜਿਨ੍ਹਾਂ ਦਾ ਲੋਡ 2 ਕਿਲੋਵਾਟ ਹੈ, ਪਹਿਲੀਆਂ 100 ਯੂਨਿਟਾਂ 10 ਪੈਸੇ ਵਧਾਈਆਂ ਗਈਆਂ ਨੇ, ਅਗਲੀਆਂ ਜਿਹੜੀਆਂ ਯੂਨਿਟਾਂ ਨੇ ਉਹ 12 ਪੈਸੇ ਵਧਾ ਦਿੱਤੀਆਂ ਗਈਆਂ ਨੇ। ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਲਈ ਵੀ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਰੇਟ ਵਧਾਇਆ ਗਿਆ। ਹਾਲਾਂਕਿ ਜਿਹੜੀ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਹੈ, ਪਹਿਲੇ 300 ਯੂਨਿਟ ਪਹਿਲੇ ਮਹੀਨੇ, ਦੂਜੇ 300 ਯੂਨਿਟ ਦੂਜੇ ਮਹੀਨੇ, 2 ਮਹੀਨੇ ਦਾ ਬਿੱਲ ਆਉਂਦਾ, ਉਹ ਜਾਰੀ ਰਹੇਗੀ। ਤਾਂ ਪੰਜਾਬ ਰਾਜ ਰੈਗੂਲੇਟਰੀ ਅਥਾਰਟੀ ਦੇ ਵੱਲੋਂ ਇਹ ਜਿਹੜਾ ਬਿਜਲੀ ਦਾ ਰੇਟ ਹੈ ਵਧਾਇਆ ਗਿਆ। ਲੋਕ ਸਭਾ ਚੋਣਾਂ ਲੰਘ ਚੁੱਕੀਆਂ ਨੇ, ਉਸ ਤੋਂ ਬਾਅਦ ਇਹ ਜਿਹੜੀਆਂ ਦਰਾਂ ਨੇ ਵਧਾ ਦਿੱਤੀਆਂ ਗਈਆਂ ਨੇ। 16 ਜੂਨ ਤੋਂ ਬਿਜਲੀ ਦੇ ਨਵੇਂ ਰੇਟ ਜਿਹੜੇ ਨੇ ਇਹ ਲਾਗੂ ਹੋਣਗੇ ਅਤੇ ਮਾਰਚ 2025 ਤੱਕ ਇਹੀ ਰੇਟ ਜਾਰੀ ਰਹਿਣਗੇ। ਤਾਂ 16 ਜੂਨ ਤੋਂ ਵਧਦੇ ਜਿਹੜੇ ਰੇਟ ਨੇ ਹੁਣ ਉਹ ਜਾਰੀ ਰਹਿਣਗੇ। ਬਿਜਲੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਮਹਿੰਗੀ ਹੋ ਗਈ ਹੈ। 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਫਰਕ ਪਿਆ ਟਿਊਬਵੈੱਲ ਕਨੈਕਸ਼ਨਾਂ ਨੂੰ, ਅਤੇ ਜਿਹੜੇ ਇੰਡਸਟਰੀ ਆ ਉਸ ਦੀ ਬਿਜਲੀ 15 ਪੈਸੇ ਪ੍ਰਤੀ ਯੂਨਿਟ ਵਧਾਈ ਗਈ ਹੈ। ਅਤੇ 7 ਕਿਲੋਵਾਟ ਤੋਂ 100 ਕਿਲੋਵਾਟ ਤੱਕ 'ਤੇ ਕੋਈ ਅਸਰ ਨਹੀਂ ਹੈ। ਜਿਨ੍ਹਾਂ ਦਾ ਲੋਡ ਜਿਹੜਾ 7 ਕਿਲੋਵਾਟ ਤੋਂ ਲੈ ਕੇ 100 ਕਿਲੋਵਾਟ ਤੱਕ ਹੈ, ਉਸ 'ਤੇ ਇਸ ਦਾ ਕੋਈ ਅਸਰ ਨਹੀਂ ਹੈ ਇਸ ਵਾਧੇ ਦਾ।
ਪਰ ਜਿਨ੍ਹਾਂ ਦਾ ਲੋਡ 2 ਕਿਲੋਵਾਟ ਹੈ ਉਹਨਾਂ 'ਤੇ ਵੀ ਇਸ ਦਾ ਅਸਰ ਹੈ, ਜਿਨ੍ਹਾਂ ਦਾ 2 ਤੋਂ 7 ਕਿਲੋਵਾਟ ਹੈ ਉਹਨਾਂ 'ਤੇ ਵੀ ਇਸ ਦਾ ਅਸਰ ਹੈ। 10 ਤੋਂ 12 ਪੈਸੇ ਪ੍ਰਤੀ ਯੂਨਿਟ ਜਿਹੜੀ ਬਿਜਲੀ ਦਾ ਰੇਟ ਆ ਉਹ ਵਧਾਇਆ ਗਿਆ, ਹਾਲਾਂਕਿ ਜਿਹੜੇ ਹੋਰ ਖਰਚੇ ਹੁੰਦੇ ਨੇ ਉਹ ਉਵੇਂ ਹੀ ਰਹਿਣਗੇ, ਉਹਨਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪੰਜਾਬ ਰਾਜ ਰੈਗੂਲੇਟਰੀ ਅਥਾਰਟੀ ਦੇ ਵੱਲੋਂ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਨੇ, 16 ਜੂਨ ਤੋਂ ਵਧੀਆਂ ਹੋਈਆਂ ਦਰਾਂ ਲਾਗੂ ਹੋਣਗੀਆਂ।